20 ਮਾਰਚ ਦੇ ਮਹੀਨੇ ਕੋ 10 ਦਿਨਾਂ ਵਾਸਤੇ ਮੈਂ ਆਪਣੇ ਮਸਾਇਆ ਨੂੰ ਮਿਲਣ ਪਾਕਿਸਤਾਨ ਗਿਆ ਸੀ ਪੰਜਾਬੀ ਬੋਲੀ ਦੇ ਸਰਮੌਰ ਲੋਕ ਗਾਇਕ ਜਨਾਬ ਸ਼ੌਕਤ ਅਲੀ ਸਾਹਿਬ ਅਤੇ ਪੰਜਾਬੀ ਬੋਲੀ ਦੇ ਵਿਕਾਸ ਲਈ ਜੂਝ ਰਹੇ ਜਨਾਬ ਇਕਬਾਲ ਕੈਸਸ ਸਾਹਿਬ ਸਾਡੇ ਮੇਜ਼ਬਾਨ ਸਨ ਉਹਨਾਂ ਦੀ ਬਦੌਲਤ ਬਹੁਤ ਕੁਝ ਵੇਖਣ ਨੂੰ ਨਸੀਬ ਹੋਇਆ ਜਿਸ ਦਾ ਮੈਂ ਜ਼ਿਕਰ ਕਰ ਵੀ ਚੁੱਕਾ ਹਾਂ ਤੇ ਤੁਸੀਂ ਹੁਣ ਵੀ YouTube ਉੱਤੇ ਪਾਕਿਸਤਾਨ ਵਿਜ਼ਿਟ 2014 ਇਕਬਾਲ ਮਾਲ ਤੇ ਜਾ ਕੇ ਵੇਰਵੇ ਨਾਲ ਵੇਖ ਸਕਦੇ ਹੋ ਮੇਰੇ ਪਾਕਿਸਤਾਨ ਦੇ ਸਾਰੇ ਟ੍ਰਿਪ ਦੀ ਜੋ ਹਾਈਲਾਈਟ ਜੇ ਕਹਾਂ ਤਾਂ ਗਲਤ ਨਹੀਂ ਹੋਵੇਗਾ ਉਹ ਸੀ ਸ਼ਾਇਰ ਬਾਬਾ ਨਜ਼ਮੀ ਹਰਨਾ ਮੁਲਾਕਾਤ ਮੈਂ ਭਾਵੇਂ ਬੀਤੇ ਸਾਲਾਂ ਵਿੱਚ ਅਣਗਿਣਤ ਸ਼ਾਇਰਾਂ ਤੇ ਲੇਖਾਂ ਨੂੰ ਮਿਲ ਚੁੱਕਾ ਹਾਂ ਮੈਂ ਨਿਰਸੰਦੇਹ ਗੱਲ ਕਹਿ ਸਕਦਾ ਹਾਂ ਕਿ ਬਾਬਾ ਨਜ਼ਮੀ ਵਰਗੀ ਖੁੱਦਦਾਰੀ ਅਤੇ ਆਪਣੇ ਉਸੂਲਾਂ ਤੇ ਪਹਿਰਾ ਦੇਣ ਵਾਲਾ ਕੋਈ ਟਾਮਾ ਟਾਮਾ ਸ਼ਖਸੀ ਮਿਲਿਆ ਹੋਵੇਗਾ ਸਧਾਰਨ ਸ਼ਬਦਾਂ ਵਿੱਚ ਉਹ ਪਾਸ ਜਾਂ ਸੰਤਰਾਵਾ ਦਾ ਸੀ ਵਾ ਮਜ਼ਦੂਰਾਂ ਦੇ ਹੱਕਾਂ ਲਈ ਨੰਗੇ ਧੜ ਹਕੂਮਤ ਤੇ ਜਰਵਾਣੇ ਸ਼ਾਹੀਦ ਨੂੰ ਵੰਗਾਰਦਾ ਮੇਰੇ ਪੁੱਛਣ ਤੇ ਕੈਸੇ ਭਾਈ ਸਾਹਿਬ ਤੋਂ ਪਤਾ ਲੱਗਾ ਕਿ ਬਾਬਾ ਨਜ਼ਮੀ ਜੀ ਆਪਣੀ ਰੋਟੀ ਰੋਜ਼ਲੀ ਮਜ਼ਦੂਰੀ ਕਰਕੇ guzara ਕਰਦੇ ਨੇ ਇਹ ਸੁਣ ਕੇ ਮੇਰੀ ਅੱਖਾਂ ਵਿੱਚ ਅਥਰੂ ਵਹਿ ਡੋ ਰਹੇ ਸ਼ਾਇਦ ਨੰਦ ਲਾਲ ਨੂਰੀਪੁਰ ਹੁਣੇ ਸੱਚੀ ਲਿਖਿਆ ਸੀ ਕਿ ਮੁਰਦੇ ਨੂੰ ਪੂਜੇ ਇਹ ਦੁਨੀਆ ਜਿਉਂਦੇ ਦੀ ਕੀਮਤ ਕੁਝ ਵੀ ਨਹੀਂ ਅੱਜ ਤੁਹਾਡੇ ਨਾਲ ਬਾਬਾ ਨਜ਼ਮੀ ਤੇ ਉਹਨਾਂ ਦੇ ਕਲਾਮ ਸਾਂਝਾ ਕਰਦੇ ਹਾਂ ਉਮੀਦ ਹੈ ਤੁਹਾਨੂੰ ਵੀ ਇਸ ਮਹਾਨ ਸ਼ਖਸੀਅਤ ਵਿੱਚ ਬਹੁਤ ਕੁਝ ਚੰਗਾ ਨਜ਼ਰ ਆਵੇਗਾ ਜਿਸ ਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ अमन के हवाले न एक नजम गोली सुना कि सानू अमन ज़रूरी है उस तो पहले तीन सिर सुन लो कि मस्जिद मेरी तू क्यों टावे मैं क्यों तोड़ा मंदिर मस्जिद मेरी तू क्यों टावे मैं क्यों तोड़ा मंदिर नूँ आ जा दो बह के पढ़िए एक दूजे के अंदर त सगू अॼु اج بھی नसजिद मंदर द सदीअ वांगु अॼु बि कुझु تیرا میرا لگنا تیرے میرے خنجر نو تے رب کرے تو مندر وانگوں رب کرے تو مندر وانگوں ویکھے میری مسجد نو رب کرے تو مندر وانگوں ویکھے میری مسجد نو رام کرے میں مسجد وانگوں ਵੇਖਾਂ ਤੇਰੇ ਮੰਦਰ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ ਤੇ ਇਹਦੇ ਨਾਲ ਇੱਕ ਨਜ਼ਮ ਹੈ ਉਹ ਵੀ ਮੰਦਰ ਵਾਲੇ ਨੇ ਕਿ ਗੋਲੀ ਅੰਨੀ ਗੁੰਘੀ ਬੋਲੀ ਗੋਲੀ ਗੋਲੀ ਅੰਨੀ ਗੁੰਘੀ ਬੋਲੀ ਗੋਲੀ ਸੰਗਿਓ ਇਹਦਾ ਸੰਗ ਨਹੀਂ ਚੰਗਾ ਸੰਗਿਓ ਇਹਦਾ ਸੰਗ ਨਹੀਂ ਚੰਗਾ ਇਹਦਾ ਕੋਈ ਵੀ ਰੰਗ ਨਹੀਂ ਚੰਗਾ ਏਦਾ ਕੋਈ ਵੀ ਫਾਇਦਾ ਨਹੀਂ ਜੇ ਏਦਾ ਕੋਈ ਵੀ ਕਾਇਦਾ ਨਹੀਂ ਜੇ ਗੋਲੀ ਅੰਨੀ ਗੁੰਗੀ ਬੋਲੀ ਗੋਲੀ ਸੰਗਿਓ ਏਦਾ ਸੰਗ ਨਹੀਂ ਚੰਗਾ ਏਦਾ ਕੋਈ ਵੀ ਰੰਗ ਨਹੀਂ ਚੰਗਾ ਏਦਾ ਕੋਈ ਵੀ ਫਾਇਦਾ ਨਹੀਂ ਜੇ ਏਦਾ ਕੋਈ ਵੀ ਕਾਇਦਾ ਨਹੀਂ ਜੇ ਗੋਲੀ ਇਨਾ ਵੱਲੋਂ ਚੱਲੇ ਗੋਲੀ ਉਹਨਾ ਵੱਲੋਂ ਚੱਲੇ ਗੋਲੀ ਨਾਲ ਪੁਆੜਾ ਪੈਂਦਾ ਗੋਲੀ ਨਾਲ ਉਜਾੜਾ ਪੈਂਦਾ ਗੋਲੀ ਨਾਲ ਪੁਆੜਾ ਪੈਂਦਾ ਗੋਲੀ ਨਾਲ ਉਜਾੜਾ ਪੈਂਦਾ ਇੱਧਰ ਵੀ ਇਹ ਬੰਦੇ ਮਾਰੇ ਉੱਧਰ ਵੀ ਇਹ ਬੰਦੇ ਮਾਰੇ ਉਹਦੇ ਬੰਦੇ ਮਾਰਨ ਨਾਲੋਂ ਕਬਰਾਂ ਵਿੱਚ ਉਤਾਰਨ ਨਾਲੋਂ ਮੇਰੀ ਮੰਨੋ ਮੇਰੇ ਚਨੋ ਇੱਕ ਦੂਜੇ ਦੇ ਸੀਨੇ ਲੱਗੋ ਫੁੱਲਾਂ ਦੇ ਗੁਲਦਸਤੇ ਲੱਭੋ ਬੰਦੇ ਖਾਣੀ ਗੋਲੀ ਦੱਬੋ ਬੰਦੇ ਖਾਣੀ ਗੋਲੀ ਦੱਬੋ